ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਭਾਰਤ ਖਿਲਾਫ਼ ਬੋਲਣ ਵਾਲੇ ਪਾਕਿਸਤਾਨ ਸਿੱਖ ਲੀਡਰ ਤੇ ਖਾਲਿਸਤਾਨ ਦੇ ਹਮਾਇਤੀ ਗੋਪਾਲ ਸਿੰਘ ਚਾਵਲਾ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਇਹ ਐਕਸ਼ਨ ਭਲਕੇ ਕਰਤਾਰਪੁਰ ਸਾਹਿਬ ਲਾਂਘੇ ਤੇ ਭਾਰਤ ਨਾਲ ਵਾਹਗਾ ਸਰਹੱਦ ਤੇ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਕੀਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਐਤਵਾਰ ਨੂੰ ਅਟਾਰੀ ਵਾਹਗਾ ਬਾਰਡਰ ਤੇ ਬੈਠਕ ਹੋਣੀ ਹੈ। ਇਸ ਤੋਂ ਪਹਿਲਾਂ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਸਰਕਾਰ ਨੇ ਬੇਹੱਦ ਅਹਿਮ ਕਦਮ ਚੁੱਕਿਆ ਹੈ। ਅੱਤਵਾਦੀ ਹਾਫਿਜ਼ ਸਈਦ ਦੇ ਖਾਸਮ ਖਾਸ ਸਮਝੇ ਜਾਂਦੇ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਕਮੇਟੀ ਦੇ ਵੀ ਮੈਂਬਰ ਨਹੀਂ ਹਨ। ਉਸਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ। ਭਾਰਤ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਪਿਛਲੀ ਵਾਰ ਇਹ ਮੀਟਿੰਗ ਵੀ ਰੱਦ ਕੀਤੀ ਸੀ। ਇਸ ਲਈ ਹੁਣ ਐਤਵਾਰ ਦੀ ਮੀਟਿੰਗ ਤੋਂ ਪਹਿਲਾਂ ਹੀ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਦੀ ਛਾਂਟੀ ਕਰ ਦਿੱਤੀ ਹੈ। ਗੋਪਾਲ ਸਿੰਘ ਚਾਵਲਾ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿੱਚ ਰਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ ਅਤੇ ਉਸਦੇ ਨੇੜਲੇ ਸਬੰਧ ਅੱਤਵਾਦੀ ਹਾਫਿਜ਼ ਸਈਦ ਤੇ ਜੈਸ਼ੇ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਨਾਲ ਵੀ ਹਨ। ਪਾਕਿਸਤਾਨ ਫੌਜ ਤੇ ਉੱਥੋਂ ਦੀ ਖੁਫੀਆ ਏਜੰਸੀ ISI ਦੇ ਵੀ ਇਹ ਨੇੜੇ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਉਹ ਮੀਟਿੰਗਾਂ ਕਰਦਾ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਚਾਵਲਾ ਪਾਕਿਸਤਾਨ ਫੌਜ ਮੁਖੀ ਜਨਰਲ ਕਮੇਰ ਜਾਵਦ ਬਾਜਵਾ ਨਾਲ ਵੀ ਵਿਖਾਈ ਦਿੱਤਾ ਸੀ। ਇਸ ਤੋਂ ਪਹਿਲਾਂ ਜਦੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਪਾਕਿਸਤਾਨ ਵਾਲੇ ਪਾਸੇ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਪਾਕਿਸਤਾਨ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਵੀ ਗੋਪਾਲ ਸਿੰਘ ਚਾਵਲਾ ਉੱਥੇ ਮੌਜੂਦ ਸੀ, ਜਿਸ ਦਾ ਵੀ ਭਾਰਤ ਵੱਲੋਂ ਵਿਰੋਧ ਕੀਤਾ ਗਿਆ ਸੀ। ਉੱਧਰ ਇਸ ਸਾਰੇ ਮਾਮਲੇ ਤੇ ਗੋਪਾਲ ਸਿੰਘ ਚਾਵਲਾ ਨੇ CNN ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਪਾਕਿਸਤਾਨ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਸਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੈ। ਮੈਨੂੰ ਕਮੇਟੀ ਚੋਂ ਅਗਰ ਹਟਾਇਆ ਗਿਆ ਤਾਂ ਮੈਨੂੰ ਉਹਦਾ ਦੁੱਖ ਨਹੀਂ ਹੈ, ਮੈਨੂੰ ਖੁਸ਼ੀ ਹੈ ਕਿ ਇੰਡੀਆ ਨੇ ਗੱਲ ਇਹੋ ਹੀ ਕੀਤੀ ਸੀ ਕਿ ਚਾਵਲੇ ਨੂੰ ਕਮੇਟੀ ਚੋਂ ਕੱਢੋਗੇ ਤੇ ਅਸੀਂ ਲਾਂਘੇ ਦੀ ਗੱਲ ਕਰਾਂਗੇ। ਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਗੌਰਮੈਂਟ ਦੀ ਜੋ ਪਾਲਿਸੀ ਹੈ ਮੇਰੇ ਸਿਰ ਮੱਥੇ ਤੇ, ਅਗਰ ਲਾਂਘੇ ਵਾਸਤੇ ਮੈਨੂੰ ਕਮੇਟੀ ਚੋਂ ਕੱਢ ਰਹੇ ਨੇ ਤੇ ਮੈਨੂੰ, ਮੇਰਾ ਖਿਆਲ ਹੈ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਜਿੰਨੇ ਖਾਲਿਸਤਾਨੀ ਨੇ ਦੁਨੀਆਂ 'ਚ ਉਹਨਾਂ ਹਮੇਸ਼ਾ ਕੁਰਬਾਨੀਆਂ ਹੀ ਦਿੱਤੀਆਂ ਨੇ। ਮੈਂ ਕਰਤਾਰਪੁਰ ਸਾਹਿਬ ਕੇ ਲਈ ਕੁਰਬਾਨੀ ਦੀ ਹੈ ਔਰ ਹਮੇਸ਼ਾ ਖਾਲਿਸਤਾਨੀਓ ਕਾ ਕਾਮ ਹੋਤਾ ਹੈ ਕੁਰਬਾਨੀ ਦੇਣਾ, ਤੋ ਮੈਨੇ ਵੋ ਕੁਰਬਾਨੀ ਦੀ ਔਰ ਮੁਝੇ ਖੁਸ਼ੀ ਹੈ ਔਰ ਮੁਝੇ ਇਸ ਬਾਤ ਕੀ ਵੀ ਖੁਸ਼ੀ ਹੈ ਕਿ ਕਮ ਅਜ਼ ਕਮ ਉਹਨਾਂ ਨੇ ਮੇਰਾ ਅਗਰ ਨਾਮ ਦਿਆ ਕਿ ਚਾਵਲੇ ਕੋ ਨਿਕਾਲੋ, ਇਸ ਕਾ ਮਤਲਬ ਹੈ ਚਾਵਲੇ ਕਾ ਡਰ ਥਾ ਕਿ ਮੋਦੀ ਸਾਹਿਬ ਨੇ ਆਉਣਾ ਹੈ ਤੋ ਚਾਵਲਾ ਨਹੀਂ ਹੋਣਾ ਚਾਹੀਏ। ਬਿਊਰੋ ਰਿਪੋਰਟ, ਪੰਜਾਬ ਟੁਡੇ।